ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲੈ ਇੱਕ ਦਿਨ ਗੁਰੂ ਨਾਨਕ ਦੇਵ ਜੀ ਕੋਲ ਬੜੀ ਸਾਰੀ ਸੰਗਤ ਬੈਠੀ ਹੋਈ ਸੀ ਪਾਈ ਮਰਦਾਨਾ ਜੀ ਰਬਾਬ ਵਜਾ ਰਹੇ ਸੀ ਤੇ ਗੁਰੂ ਨਾਨਕ ਦੇਵ ਜੀ ਕੀਰਤਨ ਕਰ ਰਹੇ ਸੀ ਕੀਰਤਨ ਦੀ ਸਮਾਪਤੀ ਤੋਂ ਬਾਅਦ ਸਭ ਉੱਥੋਂ ਚਲੇ ਗਏ ਫਿਰ ਪਾਈ ਮਰਦਾਨਾ ਜੀ ਨੇ ਇੱਕ ਸਵਾਲ ਪੁੱਛਦੇ ਆ ਕਿ ਪਾਤਸ਼ਾਹ ਜਿੱਥੇ ਵੀ ਜਾਂਦੇ ਹੋ ਨਾਮ ਜਪਣ ਦਾ ਉਪਦੇਸ਼ ਦਿੰਦੇ ਹੋ ਸਾਰੇ ਜਣੇ ਸੌਂਦੇ ਨੇ ਤੁਸੀਂ ਉੱਚਾ ਤੇ ਸੁੱਚਾ ਜੀਵਨ ਜੀਣ ਦੀ ਰਾਹ ਦੱਸਦੇ ਹੋ ਪਰ ਅਸਲ ਜ਼ਿੰਦਗੀ ਵਿੱਚ ਲੋਕ ਇਸ ਵੱਲ ਧਿਆਨ ਨਹੀਂ ਦਿੰਦੇ ਧਿਆਨ ਨਾਲ ਵੇਖਿਏ ਸੰਗਤ ਵਿੱਚ ਬੈਠੇ ਲੋਕ ਕੁਝ ਹੋਰ ਹੁੰਦੇ ਨੇ ਤੇ ਬਾਹਰ ਕੁਝ ਹੋਰ ਹੁੰਦੇ ਨੇ ਫਿਰ ਉਹ ਗੁੱਸਾ ਤੇ ਆਪਣਾ ਅਸਲੀ ਰੂਪ ਵਿਖਾ ਦਿੰਦੇ ਨੇ ਕਿ ਅਸੀਂ ਕੀ ਹਾਂ ਧਰਮੀ ਵਿਖਾ ਰਹੇ ਨੇ ਪਰ ਹੈ ਨਹੀਂ ਇੰਨੀ ਸੰਗਤ ਤੀਰਥਾਂ ਤੇ ਜਾਂਦੇ ਨੇ ਸੰਗਤ ਵਿੱਚ ਬੈਠਦੇ ਆ ਜੀ ਕਿਸੇ ਵੱਲ ਵੇਖੇ ਤਾਂ ਦਰਮ ਤਾਂ ਉਸਦੇ ਆਸ-ਪਾਸੇ ਵੀ ਨਹੀਂ ਦੇਖਦਾ ਫਿਰ ਕਮੀ ਕਿੱਥੇ ਹੈ ਗੁਰਨਾਨਕ ਪਾਤਸ਼ਾਹ ਕਹਿੰਦੇ ਮਰਦਾਨਿਆਂ ਮਨੁੱਖ ਉਹ ਕੰਮ ਕਰਦਾ ਹੈ ਜਿਸ ਵਿੱਚ ਉਸਦੀ ਰੁਚੀ ਹੁੰਦੀ ਜਿਸ ਚੀਜ਼ ਵਿੱਚ ਉਹਦਾ ਮਨ ਲੱਗਦਾ ਹੈ ਉਹ ਸਾਰੇ ਕੰਮ ਛੱਡ ਉਹੀ ਕੰਮ ਕਰੇਗਾ ਕਿਸੇ ਭੁੱਖੇ ਨੂੰ ਭੁੱਖ ਲੱਗੀ ਹੋਵੇ 12 ਦਿਨ ਤੋਂ ਕੁਝ ਨਾ ਖਾਦਾ ਹੋਵੇ ਸੁੱਕੀ ਰੋਟੀ ਦੇ ਦੋ ਖਾਣੋਂ ਉਹ ਵੀ ਉਹਨੂੰ ਛੱਤੀ ਪਦਾਰਥਾਂ ਵਾਂਗ ਲੱਗੇਗੀ ਪੇਟ ਭਰਿਆ ਹੋਵੇ ਨਾ ਤੇ ਅੱਗੇ ਤੂੰ ਛੱਤੀ ਪਦਾਰਥ ਰੱਖੇਂਗਾ ਨਾ ਖਾਣ ਨੂੰ ਉਸਤਾ ਮੰਨੀ ਕਰੇਗਾ ਗੁਰਨਾਨਕ ਦੇਵ ਜੀ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਇੰਨੀ ਸੰਗਤ ਆਉਂਦੀ ਅਸੀਂ ਨਾਮ ਜਪਨ ਲਈ ਕਹਿੰਦੇ ਆ ਸੰਗਤ ਕਰਨ ਲਈ ਕਹਿੰਦੇ ਆ ਵੀ ਸਵੇਰੇ ਤੇ ਸ਼ਾਮ ਇਸ ਸਮੇਂ ਕਰਿਆ ਕਰੋ ਇਹ ਨਾਮ ਕਿੰਨਾ ਸਮਾਂ ਜਪਦੇ ਹੋਣਗੇ 5 ਮਿੰਟ 10 ਮਿੰਟ 30 ਮਿੰਟ ਕਿ 1 ਘੰਟਾ ਬਾਕੀ 23 ਘੰਟੇ ਇਹ ਕੀ ਕਰਦੇ ਨੇ ਜੋ 23 ਘੰਟੇ ਵਿੱਚ ਅੰਦਰ ਜਾਂਦੇ ਬਾਹਰ ਵੀ ਉਹੀ ਆਏਗਾ ਨਾ ਗੁਰਬਾਣੀ ਵਿੱਚ ਕਿਹਾ ਗਿਆ ਜੋ ਪਾੜੇ ਵਿੱਚ ਪਾਏਗਾ ਉਹੀ ਕੱਢੇਗਾ ਉਹੀ ਬਾਹਰ ਛੱਲੇਗਾ ਆਪਾਂ ਸੰਗਤ ਵਿੱਚ ਸੁਣ ਕੇ ਜਾਂਦੇ ਆਂ ਨਾਮ ਜਪਨੇ ਘਰ ਜਾ ਕੇ 5 ਮਿੰਟ 10 ਮਿੰਟ 15 ਮਿੰਟ 30 ਮਿੰਟ ਪਰ ਫੋਨ ਤੇ ਕਿੰਨਾ ਸਮਾਂ ਆਪਾਂ ਲਗਾ ਦੇਨੇ ਕਦੇ ਥੱਕਦੇ ਆ ਜਾਂ ਅੱਕਦੇ ਆ ਨਹੀਂ ਨਾ ਨਾਮ ਜਪਦੇ ਆ ਜੇਕਰ ਕੋਈ 30 ਮਿੰਟ ਜਪਦਾ ਫਿਰ ਆਪਾਂ ਨਾਮ ਜਪਦੇ ਕਿੰਨੇ ਆ ਜੀ ਮੇਰੇ ਤਾਂ ਬੁਰੇ ਵਿਚਾਰ ਆਉਂਦੇ ਨੇ ਮਨ ਵਿੱਚ ਬਰਤਨ ਵਿੱਚ ਜੋ ਪਾਵਾਂਗੇ ਉਹੀ ਬਾਹਰ ਕੱਢਾਂਗੇ ਜੇ ਆਪਾਂ ਹੀ ਸਭ ਗਲਤ ਕਰ ਰਹੇ ਆ ਤਾਂ ਚੰਗੇ ਵਿਚਾਰ ਕਿੱਥੋਂ ਲਿਆਵਾਂਗੇ ਇਹ ਗੱਲ ਸਹੀ ਹੈ ਆਪਾਂ ਨਾਮ ਥੋੜੇ ਸਮੇਂ ਜਪਦੇ ਆ ਪਰ ਦੇਖਦੇ ਗਲਤ ਹਰ ਸਮੇਂ ਸੁਣਦੇ ਹਰ ਸਮੇਂ ਰਸਨਾ ਨਾਲ ਬੋਲਦੇ ਹਰ ਸਮੇਂ ਪੈਰ ਹਰ ਸਮੇਂ ਗਲਤ 바ਸੇ ਜਾਂਦੇ ਨੇ ਕਹਿਣ ਲੱਗੇ ਭਾਈ ਮਰਦਾਨਾ ਜੀ ਵੀ ਫਿਰ ਕੀ ਕੀਤਾ ਜਾਵੇ ਅਗੋ ਗੁਰੂ ਜੀ ਕਹਿਣ ਲੱਗੇ ਜੋ ਰੋਜ਼ satsang ਕਰਦਾ ਉਹ ਰੋਜ਼ ਗੁਰੂ ਦੇ ਚਰਨਾਂ ਨਾਲ ਜੁੜਿਆ ਰਹਿੰਦਾ ਫਿਰ ਉਸਦੇ ਪੈਰ ਕਦੇ ਗਲਤ 바ਸੇ ਨਹੀਂ ਜਾਂਦੇ ਇਸ ਤੋਂ ਬਚਣ ਦਾ ਇੱਕ ਹੀ ਤਰੀਕਾ ਹੈ ਨਾਮ ਜਪੋ ਤੇ ਦੋਨੋਂ ਸਮੇ ਗੁਰੂ ਘਰ ਜਾਓ ਸਵੇਰੇ ਵੀ ਗੁਰੂ ਘਰ ਜਾਂਦਾ ਤੇ ਸ਼ਾਮ ਨੂੰ ਵੀ ਗੁਰੂ ਘਰ ਜਾਂਦਾ ਉਹਦੀ ਜ਼ਿੰਦਗੀ ਵਿੱਚ ਕਦੇ ਕੋਈ ਦੁੱਖ ਨਹੀਂ ਆਵੇਗਾ ਜੋ ਜਾ ਕੇ ਸੰਗਤ ਦੇ ਵਿੱਚ ਬੈਠਦਾ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲ ਬੈਠ ਕੇ ਸਵੇਰੇ ਵੀ 15 ਮਿੰਟ ਉੱਥੇ ਵਾਇਗੁਰੂ ਜਾਪ ਕਰਦਾ ਤੇ ਸ਼ਾਮ ਨੂੰ ਵੀ ਜਾ ਕੇ ਉੱਥੇ ਵਾਇਗੁਰੂ ਜਾਪ ਕਰਦਾ ਉਹਦੀ ਜ਼ਿੰਦਗੀ 'ਚ ਬਦਲਾਵ ਲਾਜ਼ਮੀ ਹੀ ਲਾਜ਼ਮੀ ਉਹ ਜੋ ਚਾਹੇਗਾ ਉਹਨੂੰ ਉਹੀ ਪ੍ਰਾਪਤ ਹੋਵੇਗਾ ਬਸ ਸ਼ਰਤ ਇਹ ਹੈ ਕਿ ਸਵੇਰੇ ਤੇ ਸ਼ਾਮ ਆਪਾ ਗੁਰੂ ਘਰ ਜਾਣਾ ਹੀ ਜਾਣਾ ਜੋ ਜਾਏਗਾ ਉਹ ਸਭ ਕੁਝ ਪ੍ਰਾਪਤ ਕਰ ਲਏਗਾ ਇੱਕ ਹਫ਼ਤੇ ਵਿੱਚ ਅਜਮਾ ਕੇ ਦੇਖ ਲਿਓ